ਇਹ ਜੀ ਇੱਧਰ ਡੰਗਰ ਸਾਡੇ ਚਾਰਨ ਆਉਂਦੇ ਸੀ ਰੋਜ਼ ਅੱਗੇ ਵੀ, ਅੱਜ ਚਾਰ ਕੇ ਵਾਪਸ ਜਾ ਰਹੇ ਸੀ ਨਹਿਰ ਕੰਨੀ ਪਿੰਡ ਘਰ ਨੂੰ, ਤਾਂ ਇੱਧਰ ਤਾਰ ਟੁੱਟ ਕੇ ਡਿੱਗੀ ਹੋਈ ਸੀ, ਤਾਰ ਨਾਲ ਡੰਗਰ ਇੱਧਰ ਲੱਗੇ, ਡੰਗਰ ਦੋ ਮਰ ਗਏ ਸਾਡੇ। ਕਿੰਨਾ ਕੁ ਨੁਕਸਾਨ? ਇਹ ਨੁਕਸਾਨ ਜੀ ਇਸ ਟਾਈਮ ਸਾਡਾ 2.5 ਲੱਖ ਦਾ ਨੁਕਸਾਨ ਹੈ। ਮੰਗ ਜੀ ਬਸ ਸਾਨੂੰ ਸਰਕਾਰ ਵੱਲੋਂ ਸਾਨੂੰ ਦਿੱਤਾ ਜਾਵੇ ਇਹਨਾਂ ਦਾ ਜਿਹੜਾ ਹੈਗਾ ਬਾਕੀ ਸਾਡਾ ਨੁਕਸਾਨ ਜੀ, ਤਾਂ ਬਸ। ਇਹ ਗੁਜਰਾਂ ਦੇ ਡੰਗਰ ਸੀ, ਗਰੀਬ ਪਰਿਵਾਰਾਂ ਦੇ ਸਾਡੇ ਪਿੰਡ ਰਹਿ ਰਹੇ ਨੇ, ਅਤੇ ਇਹ ਡੰਗਰ ਚਾਰ ਕੇ ਇੱਧਰ ਘਰ ਨੂੰ ਜਾ ਰਹੇ ਸੀ, ਰਸਤੇ 'ਚ ਬਿਜਲੀ ਤਾਰ ਟੁੱਟੀ ਸੀਗੀ, ਤਕਰੀਬਨ 3 ਵਜੇ ਕੰਪਲੇਂਟ ਵੀ ਦਿੱਤੀ ਸੀਗੀ, ਪਰ ਇਹ 4 ਵਜੇ ਜਾ ਰਹੇ ਸੀਗੇ, ਉਦੋਂ ਕਰੰਟ ਲੱਗ ਕੇ 2 ਮੱਝਾਂ ਮਰ ਗਈਆਂ ਨੇ ਵਿਚਾਰੇ ਦੇ, ਗਰੀਬ ਪਰਿਵਾਰ ਨੇ, ਅਤੇ ਇਹਨਾਂ ਨੂੰ ਸਰਕਾਰ ਨੂੰ ਬੇਨਤੀ ਕਰਦੇ ਹਾਂ ਇਹਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਵਿਚਾਰੇ। ਗਲਤੀ ਕਿਹਦੀ ਮੰਨ ਦੇਖਿਆ ਵੀ ਜੇ ਤਾਰ ਟੁੱਟੀ ਹੋਈ ਆ ਤਾਂ ਕੀ ਕਰਨ ਦੀ? ਗਲਤੀ ਤਾਂ ਬਿਜਲੀ ਮਹਿਕਮੇ ਦੀ ਹੈ ਜੀ, ਠੀਕ ਆ। ਇਹ ਕਈ ਵਾਰ ਅਸੀਂ ਪਹਿਲਾਂ ਵੀ ਉਹਨਾਂ ਦੇ ਧਿਆਨ 'ਚ ਲਿਆਂਦਾ, ਅਤੇ ਤਾਰਾਂ ਬਹੁਤ ਢਿੱਲੀਆਂ ਸੀਗੀਆਂ, ਇਹ ਟੁੱਟ ਰਹੀਆਂ ਰਹਿੰਦੇ ਸੀ, ਜੋੜ ਜਾੜ ਜਿਹਾ ਲਾ ਕੇ ਫਿਰ ਵੀ ਤਾਰ ਚਲਾ ਦਿੰਦੇ ਸੀ। ਬਹੁਤ ਮਾੜੀ ਘਟਨਾ, ਗਰੀਬ ਆਦਮੀ ਦੀ ਗਰੀਬ ਮਾਰ ਹੋਈ ਆ। ਇਹ ਤਾਰਾਂ ਨੇ ਜਿਹੜੀਆਂ ਕਾਫੀ ਚਿਰ ਤੋਂ ਢਿੱਲੀਆਂ ਚੱਲੀਆਂ ਆਉਂਦੀਆਂ ਸੀਗੀਆਂ, ਅਤੇ ਬਿਜਲੀ ਵਾਲਿਆਂ ਨੂੰ ਕਿਹਾ ਵੀ ਗਿਆ ਵਾਰ ਵਾਰ ਵੀ ਇਹ ਤਾਰਾਂ ਨੂੰ ਠੀਕ ਕਰਿਆ ਜਾਵੇ, ਅਤੇ ਅੱਜ ਪਤਾ ਨਹੀਂ ਕਿਸ ਕਾਰਨ ਕਰਕੇ ਤਾਰ ਟੁੱਟੀ ਆ, ਅਤੇ ਇਹ ਡੰਗਰ ਲਈ ਜਾਂਦੇ ਸੀ ਗਰੀਬ ਆਦਮੀ, ਅਤੇ ਉਹ 2 ਡੰਗਰ ਲਪੇਟ 'ਚ ਆ ਗਏ ਤਾਰ ਬਿਜਲੀ ਦੀ। ਕੰਪਲੇਂਟ ਵੀ ਲਿਖਾਈ ਹੋਈ ਸੀ ਪਰ ਠੀਕ ਕਰਨੀ ਹੈ? ਹਾਂਜੀ ਹਾਂਜੀ ਬਿਲਕੁਲ, ਉਹਨਾਂ ਨੂੰ ਕਿਹਾ ਗਿਆ ਵਾਰ ਵਾਰ, ਜੇਈ ਨੂੰ ਵੀ ਕਿਹਾ ਗਿਆ ਵੀ ਇਹ ਤਾਰਾਂ ਖਰਾਬ ਚੱਲਦੀਆਂ ਨੇ ਕਾਫੀ ਸਮੇਂ ਤੋਂ, ਵੀ ਠੀਕ ਕੀਤੀਆਂ ਜਾਣ। ਚਲੋ ਉਹਨਾਂ ਕੋਲ ਰਜੇਵੇਂ ਹੋਣਗੇ, ਸਾਨੂੰ ਇਹਦੇ ਬਾਰੇ ਪਤਾ ਨਹੀਂ ਵੀ ਕੀ ਕਾਰਨ ਹੋਇਆ, ਅਤੇ ਵੀ ਇਹ ਪਸ਼ੂਆਂ ਦਾ ਅੱਜ ਨੁਕਸਾਨ ਹੋਇਆ, ਇਹਨਾਂ ਨੂੰ ਮੁਆਵਜ਼ਾ ਸਰਕਾਰ ਕਿੰਨੀ ਮਿਲਣਾ ਚਾਹੀਦਾ, ਸਾਡੀ ਬਹੁਤ ਜ਼ਿਆਦਾ ਬੇਨਤੀ ਹੈ ਸਰਕਾਰ ਨੂੰ ਵੀ ਗਰੀਬ ਆਦਮੀ ਨੂੰ ਕੁਛ ਨਾ ਕੁਛ ਇਹਨਾਂ ਦੀ ਮਾਲੀ ਮਦਦ ਹੋਣੀ ਚਾਹੀਦੀ ਹੈ। ਦੇਖੋ ਜੀ ਇਹ ਗੁੱਜਰ ਭਾਈਚਾਰਾ ਹੈਗਾ, ਇਹਨਾਂ ਦਾ ਡੰਗਰ ਪਸ਼ੂਆਂ ਦਾ ਕਾਰੋਬਾਰ ਹੈ, ਅਤੇ ਅਸੀਂ ਤਾਂ ਸਿਰਫ ਇਹੀ ਕਹਿਣਾ ਕਿ ਜੀ ਅੱਜ ਤਾਂ ਇਹ ਪਸ਼ੂ ਦਾ ਨੁਕਸਾਨ ਹੋਇਆ, ਹਾਲਾਂਕਿ ਸਾਹਮਣੇ ਦੇਖੋ ਕੋਈ ਆਉਂਦਾ ਹੈਗਾ ਐਮਰਜੈਂਸੀ, ਹਾਲਾਂਕਿ ਲਵੇ ਦੇਖ ਸਕਦੇ ਤੁਸੀਂ, ਦੇਸੀ ਸ਼ਰਾਬ ਦਾ ਠੇਕਾ ਵੀ ਹੈ, ਕਈ ਗੱਡੀਆਂ ਵੀ ਰੁਕਦੀਆਂ ਨਹੀਂ, ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈਗਾ, ਅਤੇ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਜੋ ਕਿ ਮਹਿਕਮੇ ਵੱਲੋਂ ਮਾੜੀ ਮੋਟੀ ਇਹਨਾਂ ਨੂੰ ਹੈਲਪ ਹੋਣੀ ਚਾਹੀਦੀ ਹੈ ਸਰਕਾਰ ਵੱਲੋਂ ਵੀ, ਪ੍ਰਸ਼ਾਸਨ ਵੱਲੋਂ ਵੀ, ਠੀਕ ਹੈ। ਗੁੱਜਰ ਭਾਈਚਾਰੇ ਦਾ ਨੁਕਸਾਨ ਹੋਇਆ, ਅਸੀਂ ਵੀ ਡੰਗਰ ਪਸ਼ੂ ਵਾਲੇ ਹਾਂ ਜੀ, ਅਸੀਂ ਵੀ ਲੈ ਕੇ ਲੰਘਦੇ, ਕੱਲ੍ਹ ਨੂੰ ਸਾਡਾ ਵੀ ਨੁਕਸਾਨ ਹੋਊਗਾ, ਠੀਕ ਹੈ। ਪਸ਼ੂ ਦਾ ਮੁਆਵਜ਼ਾ ਭਰਿਆ ਜਾ ਸਕਦਾ ਜੀ, ਕੱਲ੍ਹ ਨੂੰ ਇਨਸਾਨੀ ਜਾਨੀ ਨੁਕਸਾਨ ਹੋ ਗਿਆ ਤਾਂ ਉਹਨੂੰ ਕੌਣ ਭਰੂਗਾ? ਇਹ ਲਾਪਰਵਾਹੀਆਂ ਨੇ ਜੀ, ਦੇਖੋ ਇਹਨਾਂ 'ਤੇ ਸੁਧਾਰ ਕਰੋ ਨਾ ਮਹਿਕਮੇ ਵਾਲੇ, ਆਹੀ ਬੇਨਤੀ ਹੈ।